मोगा जिले के गांव माड़ी मुस्तफा में चल रही कबड्डी टूर्नामेंट को देख अपने मोटरसाइकिल पीआर पर घर वापस लौटते वक्त हरजीत सिंह उर्फ पिंटा नौजवान पे फायरिंग की गई। फायरिंग के दौरान 4 से 5 गोलियां लगने से हरजीत उर्फ पिंटा की मौके पर मौत हो गई, साथ ही उसके पैर में गोली लगने से गंभीर रूप से जख्मी किया, मेडिकल हॉस्पिटल फरीदकोट रेफर किया। मौके पर पहुंची पुलिस ने मृतक हरजीत सिंह पिंट के शव को अपने कब्जे में लेकर सिविल अस्पताल के मोर्चरी रूम के बीच रख अगली कार्रवाई शुरू कर दी। सूत्रों के अनुसार मृतक युवक के खिलाफ पहले भी कई मामले दर्ज। मोगा से दिलीप कुमार की रिपोर्ट। एक्चुअली हरजीत सिंह एलएस पिंटा सिंह सानू स्वर्ण सिंह 30 ईयर ओल्ड मेल बंदा हैगा, अलैज हिस्ट्री हैगी है कि फायर आर्म इंजरी दे लगी हैगी आ, ब्रॉडेड लेके आए हैगे आ, एग्जामिन होया, ईसीजी हुई आ, डेड सीगा बंदा, हुण उहनू असीं मोर्चरी दे विच भेज दिता हैगा। बाकी अगे जो कारण की हैगा अगे फर्दर उहदा पोस्टमार्टम होके जो बाकी दी डिटेल हैगी आ ਉਹ ਤੁਹਾਨੂੰ ਦੱਸ ਦਿੱਤੀ ਜਾਵੇ। ਫਿਲਹਾਲ ਇੱਕ ਆਈ ਹੈਗੀ ਆ, ਹਾਂਜੀ ਉਹ ਤੁਹਾਨੂੰ ਪੁਲਿਸ ਡਿਪਾਰਟਮੈਂਟ ਉਹ ਹਰਜੀਤ ਸਿੰਘ ਦੱਸੀ ਨਾ ਤੁਹਾਨੂੰ ਮੈਂ, ਐਲਿਸ ਪਿੰਡਾ ਰੈਜੀਡੈਂਟ ਆਫ ਮਾੜੀ ਮਸੋਬਾ। ਹਾਂਜੀ ਮੰਗ ਕਰਦੇ ਹਾਂ ਵੀ ਇੱਡੇ ਧੱਕੇ ਹੋਈ ਜਾਂਦੇ ਆ, ਪ੍ਰਸ਼ਾਸਨ ਕਿਉਂ ਨਹੀਂ ਇਹਦਾ ਪੜਤਾਲ ਕਰਦਾ। ਇਹ ਜਿਹੜਾ ਨੌਜਵਾਨ ਸੀ ਮੁੰਡਾ ਤੁਹਾਡੇ ਪਿੰਡ ਦਾ ਜੀ, ਕਿੰਨੀ ਕੁ ਉਮਰ ਸੀਗੀ ਇਹਦੀ ਜੀ? ਇਹਦੀ ਉਮਰ ਹੋਊਗੀ ਜੀ 35 ਸਾਲ ਦਾ। ਇਹ ਪਿੰਡ ਦਾ ਸਰਪੰਚ ਦੂਜਾ ਪੰਚਾਇਤ ਮੈਂਬਰ ਵੀ ਸੀਗਾ? ਹਾਂਜੀ ਹਾਂਜੀ ਮੈਂਬਰ ਵੀ ਸੀਗਾ। ਕੋਈ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਵਗੈਰਾ ਤਾਂ ਨਹੀਂ ਸੀਗੀ? ਕੋਈ ਇਹਨਾਂ ਦੇ ਕੋਈ ਮਾਮਲਾ ਵਗੈਰਾ ਪਹਿਲਾਂ ਕੋਈ ਇਹ ਚੀਜ਼ ਬਾਰੇ ਕੋਈ ਨਹੀਂ ਪਤਾ? ਮੌਤ ਇੱਥੇ ਹੋਈ, ਸ਼ਰੇਆਮ ਗੋਲੀਆਂ ਮਾਰੀਆਂ ਗਈਆਂ, ਕੋਈ ਇਹਨਾਂ ਦਾ ਤਕਰਾਰ ਆਪਸ ਮੇਂ ਹੱਥੋਂ ਪਾਈ ਵਗੈਰਾ ਤਾਂ ਨਹੀਂ ਹੋਏ? ਕੁਛ ਨਹੀਂ ਹੋਇਆ ਜੀ। ਤੁਸੀਂ ਹੁਣ ਗਾਂ ਕੀ ਉਮੀਦ ਕਰਦੇ, ਕੀ ਮੰਗ ਕਰਦੇ ਹੋ? ਸ਼ਰੇਆਮ ਇਸ ਤਰ੍ਹਾਂ ਗੋਲੀਆਂ ਮਾਰ ਦੇਣੀਆਂ, ਪਿੱਛੇ 2 ਟੂਰਨਾਮੈਂਟਾਂ ਤੇ ਹੋਈਆਂ ਤੇ ਆ 3ਰੀ ਵਾਰਦਾਤ ਹੋ ਗਈ ਆ ਫਿਰ ਅੱਜ ਪੰਜਾਬ ਦੇ ਵਿੱਚ। ਇਹਦਾ ਜੀ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹਿੰਮਤ, ਵੀ ਕਦੋਂ ਇਹ ਕੰਮ ਹੁੰਦੇ ਆ? ਕਰਕੇ ਜਿਹੜੀ ਵਾਰਦਾਤ ਹੋਈ ਆ ਕਿੰਨੇ ਵਜੇ ਹੋਈ ਆ ਇਹ? 1 ਤਾਂ ਟਾਈਮ ਹੋ ਗਿਆ, 1 ਵਜੇ ਹੋਈ ਆ। ਹਾਂ ਬਸ 1 ਤੋਂ 5-4 ਮਿੰਟ ਉਧਰ ਹੋਈ ਗਈ ਜਾਂ ਉਧਰ ਹੋਈ ਗਈ। ਅੱਛਾ ਜੀ, ਜਿਹੜੇ ਮਾਰਨ ਵਾਲੇ ਬੰਦੇ ਆ ਉਹਨਾਂ ਦੇ ਬਾਰੇ ਕੁਝ ਪਤਾ ਲੱਗਿਆ ਵੀ ਕਿੱਥੋਂ ਸੀ, ਕਿੱਧਰੋਂ ਆਏ ਸੀਗੇ? ਕੋਈ ਪਤਾ ਨਹੀਂ। ਕੋਈ ਉਹਨਾਂ ਦੀ ਪਛਾਣ ਜਾਂ ਉਹਨਾਂ ਦੇ ਮੂੰਹ ਢੱਕੇ ਸੀ ਜਾਂ ਨਹੀਂ ਢੱਕੇ? ਨਹੀਂ ਢੱਕਾ ਨਹੀਂ, ਅਸੀਂ ਵੇਖੇ ਹੀ ਨਹੀਂ, ਦੇਖਿਆ ਮਗਰੋਂ ਆਏ ਆ ਘੰਟੇ ਤੋਂ। ਅੱਛਾ ਜੀ, ਹਾਂ ਐਸੇ ਜਗ੍ਹਾ ਤੇ ਮੌਤ ਹੋਈ ਆ ਜਿੱਥੇ? ਐਸੀ ਜਗ੍ਹਾ ਤੇ ਉਹ ਤਾਂ ਹੈਗਾ ਜਿੱਥੇ ਚੱਪੜੀ ਪਈ ਹੈ, ਉੱਥੇ ਉਹਦੀ ਚੱਪੜੀ ਪਈ, ਫਿਰ ਉਹਦਾ ਇੱਧਰ ਨੂੰ ਸੀ, ਹਾਂ ਇੱਧਰ ਨੂੰ ਸੀ। ਆਹ ਜਿਹੜਾ ਮੰਜਾ ਪਿਆ ਇਸ ਮੰਜੇ ਤੇ ਹੀ ਡੈੱਡ ਬਾਡੀ ਰੱਖੀ ਹੋਈ ਸੀ? ਹਾਂਜੀ ਹਾਂਜੀ ਹਾਂਜੀ, ਹਾਂ ਚੱਕ ਕੇ ਉਹਦੇ ਉੱਤੇ ਧਰੀ ਆ ਤੇ ਪਹਿਲਾਂ ਉੱਥੇ ਪੁੰਜੇ ਪਿਆ ਸੀ। ਉਸ ਦਾ ਬੜੇ ਦਰ ਬਾਅਦ ਆਈ ਹੈ ਬਈ, ਪੌਣੇ ਘੰਟੇ ਦਾ ਬਾਹਰ ਘੰਟੇ ਤੋਂ ਬਾਅਦ ਆਈ ਹੈ ਮੁਰਦਾ, ਮੈਨੂੰ ਪਤਾ ਬਾਈ ਮੈਂ ਕਿਹਾ ਘੰਟੇ ਦਾ ਘੰਟੇ ਤੋਂ ਬਾਅਦ ਚਾਹੀਏ। ਕੀ ਤੁਸੀਂ ਹੁਣ ਇਸ ਵਕਤ ਮੰਗ ਕਰਦੇ ਹੋ? ਮੰਗ ਕਰਦੇ ਵੀ ਇਹੋ ਜਿਹਾ ਕੰਮ ਪਿਆ, ਇਹੋ ਜਿਹਾ ਕੰਮ ਜੇ ਥਾਂ ਥਾਂ ਹੋਣ ਲੱਗ ਗਿਆ ਤਾਂ ਫਿਰ ਦੁਨੀਆ ਦਾ ਕੋਈ ਟਿਕਾ ਤਾਂ ਹੈ ਨਹੀਂ। ਐਡਾ ਵੱਡਾ ਮੇਲਾ, ਐਡੇ ਮੇਲੇ ਦੇ ਵਿੱਚ ਅੱਗੇ ਵੀ ਕੋਈ ਏਦਾਂ ਦੀਆਂ ਅਨਸਖਾਵੀਆਂ ਘਟਾਵਾਂ? ਸਾਡੇ ਕੋਈ 50 ਸਾਲ ਹੋ ਗਏ ਹੋਣੇ, ਨਹੀਂ ਹੋ ਗਿਆ ਸਾਡੇ ਕਿਤੇ ਮੇਲੇ 'ਚ ਕਿਤੇ ਗੋਲੀ ਨਹੀਂ ਚੱਲੀ, ਪਹਿਲੀ ਵਾਰ ਹੋਈ ਆ ਸਾਡੇ ਬਾਅਦ। ਇਹ ਨੌਜਵਾਨ ਦੀ ਉਮਰ ਕਿੰਨੀ ਸੀਗੀ? ਇਹ ਸੀਗੀ 35-36 ਸਾਲ। ਵਿਆਹ ਹੋਇਆ? ਵਿਆਹ ਇੱਕ ਕੋਈ ਮੁੰਡਾ, ਇੱਕ ਬੱਚਾ ਹੈਗਾ? ਇੱਕ ਬੱਚਾ। ਕਿੰਨੇ ਭਰਾ ਕਿੰਨੇ ਆ? ਤਿੰਨ। ਤਿੰਨ ਭਰਾ ਕੀ ਕੰਮ ਕਰਦੇ ਆ? ਬਸ ਖੇਤੀਬਾੜੀ ਦਾ ਕੰਮ ਕਰਦੇ ਆ ਤੇ ਬਾਕੀ ਦਾ ਫੈਸਲਿਆਂ ਤੇ ਜਾਂਦੇ ਹੁੰਦੇ। ਅੱਛਾ ਜੀ, ਮੈਂ ਪੰਚਾਇਤ ਮੈਂਬਰ ਸੀਗਾ ਮੁੰਡਾ? ਪੰਚਾਇਤ ਮੈਂਬਰ ਸੀ। ਇਹ ਮੁੰਡੇ ਦਾ ਨਾਂ ਕੀ? ਪੈਂਟਾ ਦੱਸਦੇ ਆ? ਪੈਂਟਾ, ਪੈਂਟਾ। ਅੱਛਾ ਜੀ, ਪੰਚਾਇਤ ਮੈਂਬਰ ਸੀ ਮੌਜੂਦਾ? ਮੌਜੂਦਾ। ਤੇ ਬਾਕੀ ਦਾ ਕੱਦ ਵੀ ਉਹਦਾ 6-6.5 ਫੁੱਟ ਤਗੜਾ ਮੁੰਡਾ ਸੀ ਯਾਰ, ਬਹੁਤ ਕੱਦ ਸੀਗਾ ਮੁੰਡੇ ਦਾ। ਦੋ ਮੁੰਡੇ ਨੂੰ ਫੜ ਲੈ, ਦੋਨੋਂ ਨੂੰ ਛੱਡਦਾ ਸੀ ਉਹਦਾ ਕੱਛ ਚ ਪਾਲੇ, ਮੈਨੂੰ ਪਤਾ ਦੋ ਬੰਦਿਆਂ ਨੂੰ ਨਹੀਂ ਛੱਡਦਾ ਸੀ, ਐਡਾ ਕੱਦ ਸੀਗਾ ਉਹਦਾ। ਜਦੋਂ ਐਂ ਡਿੱਗਿਆ ਯਾਰ ਮੇਰੇ ਹੱਥਾਂ ਨੂੰ ਢਾ ਹੀ ਗਈ ਮੇਰੇ ਤੋਂ ਨਿਕਲ ਗਈ। ਹਾਂ ਤੇ ਤੁਸੀਂ ਬਜ਼ੁਰਗ ਦੇਖਿਆ ਉਹਨਾਂ ਨੂੰ ਡੈਗਦੇ ਜਦੋਂ ਗੋਲੀਆਂ ਵੱਜੀਆਂ? ਚੰਗੀ ਤਰ੍ਹਾਂ ਬਾਈ, ਚੰਗੀ। ਤੁਸੀਂ ਕਿੰਨੀ ਕੁ ਦੂਰ ਖੜੇ ਸੀਗੇ? ਅਸੀਂ ਉਹ ਬਾਹਰ ਸੀਗਾ, ਉਹ ਤੁਹਾਡਾ ਘਰ ਨੇੜੇ ਹੀ ਆ। ਇਹ ਉਹ ਮੁੰਡਾ ਜਿਹੜਾ ਗੱਲਾਂ ਕਰਕੇ ਗਿਆ? ਹਾਂਜੀ, ਉਹਦੇ ਭਰਾ ਨੂੰ ਮੇਰੀ ਕੁੜੀ ਵੇਚੀ। ਅੱਛਾ ਜੀ, ਅੱਛਾ। ਗੋਲੀਆਂ ਕਿੰਨੀਆਂ ਮਾਰੀਆਂ ਉਹਨਾਂ ਨੇ? 4 ਮਾਰੀਆਂ। 4 ਗੋਲੀਆਂ ਮਾਰੀਆਂ ਤੇ ਮਾਰਨ ਵਾਲੇ ਦੇ ਕਿੰਨੀਆਂ ਵੱਜੀਆਂ? 3 ਵੱਜੀਆਂ, ਇੱਕ ਉਹਦੇ ਵੱਜੀ। ਇੱਕ ਜਿਹੜਾ ਬਚ ਗਿਆ ਮੁੰਡਾ, ਉਹਦਾ ਕੀ ਨਾਂ ਜਿਹੜਾ ਬਚ ਗਿਆ? ਉਹਦਾ ਨਾਂ ਜੀ ਮੈਨੂੰ ਪਤਾ ਨਹੀਂਗਾ, ਮੈਂ ਨਾਮ ਦਾ। ਉਹਦੇ ਗੋਲੀ ਕਿੱਥੇ ਵੱਜੀ? ਉਹ ਖੱਬੇ ਪੱਟ 'ਚ ਵੱਜੀ, ਇੱਥੇ ਵੱਜੀ। ਤੇ ਮਾਰਨ ਵਾਲੇ ਦੇ ਕਿੱਥੇ ਕਿੱਥੇ ਵੱਜੀਆਂ ਗੋਲੀਆਂ ਜੀ? ਇੱਕ ਤਾਂ ਇੱਥੇ ਵੱਜੀ ਆ, ਇੱਕ ਇੱਥੇ ਵੱਜੀ, ਇੱਕ ਇੱਥੇ। ਦੋ ਛਾਤੀ 'ਚ? ਦੋ ਛਾਤੀ, ਇੱਕ ਗਲ 'ਚ ਇੱਥੇ ਵੱਜੀ, ਇੱਕ ਗਲ 'ਚ ਲੱਗੀ ਆ। ਅਸੀਂ ਵੇਖਿਆ ਲੱਦ ਕੇ। ਤੁਸੀਂ ਆਪ ਉਹਨਾਂ ਨੂੰ ਚੱਕਿਆ? ਪਾਣੀ ਵਗੈਰਾ ਪਿਆ? ਹਾਂਜੀ, ਮੁੰਡੇ ਨੇ ਪਿਆ ਨਾਲ। ਤੁਹਾਡੇ ਹੱਥਾਂ 'ਚ ਹੀ ਮੌਤ ਹੋਈ ਆ? ਹਾਂਜੀ ਹਾਂਜੀ। ਇਹ ਨਾ ਬ੍ਰਦਰ ਨਾਲ ਜਾ ਰਿਹਾ ਸੀਗਾ ਪੈਦਲ, ਦੋ ਜਣੇ ਜਾ ਰਹੇ ਸੀਗੇ ਮੋਟਰਸਾਈਕਲ ਤੇ, ਸੋਰੀ, ਪਰ ਉੱਥੋਂ ਅਣ ਪਛਾਤੇ ਬੰਦੇ ਨੇ ਜੀ ਫਾਇਰ ਮਾਰਿਆ ਗਿਆ, 3-4 ਫਾਇਰ ਲੱਗਿਆ ਜੀ ਬਾਈ ਦੇ ਨਾਲ। ਕਿਹੜੇ ਬੰਦੇ ਜਾ ਰਹੇ ਨੇ ਜ਼ਖਮੀ ਹੋਏ ਯਾਰ? ਇੱਕ ਨਾਲ ਮੁੰਡਾ ਸੀਗਾ ਜੀ, ਉਹ ਜ਼ਖਮੀ, ਉਹਦੇ ਲੱਤ 'ਤੇ ਫਾਇਰ ਲੱਗਿਆ ਜੀ, ਔਰ ਬਟ ਇਹਦੀ ਡੈਥ ਹੋ ਗਈ ਜੀ, ਮਤਲਬ ਕਿ 3-4 ਫਾਇਰ ਲੱਗੇ। ਮਰਨ ਵਾਲਾ ਕੌਣ ਹੈ ਜੀ? ਹਰਜੀਤ ਸਿੰਘ ਪਿੰਟਾ ਜੀ, ਬ੍ਰਦਰ ਹੈ ਜੀ। ਕਿਹੜੇ ਪਿੰਡ ਦੀ ਵਾਕਿਆ ਸਾਰਾ? ਮਾੜੀ ਮੁਸਤਫਾ ਜੀ।
ਕਬੱਡੀ ਦਾ ਟੂਰਨਾਮੈਂਟ ਤੇ ਇੱਕ ਸਾਈਡ ਚੱਲ ਰਿਹਾ ਸੀ, ਵੈਸੇ ਮੇਲਾ ਜ਼ਰੂਰ ਸੀਗਾ ਜੀ, ਬਾਬਾ ਸਿੱਧਲਾ ਸੰਬੰਧੀ ਜਗ੍ਹਾ ਜੀ ਉੱਥੇ ਨਾ ਯਾਦਗਾਰੀ ਇਤਿਹਾਸਕ ਜੀ। ਪਤਾ ਨਹੀਂ ਲੱਗ ਸਕਿਆ ਵੀ ਕੌਣ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ? ਨਹੀਂ ਹਜੇ ਕੋਈ ਪਤਾ ਨਹੀਂ ਹੈ ਜੀ, ਪੁਲਿਸ ਕਰ ਰਹੀ ਹੈ ਕਾਰਵਾਈ ਨਾ। ਹੁਣ ਤੁਸੀਂ ਬੋਡੀ ਲੈ ਕੇ ਹਸਪਤਾਲ ਪਹੁੰਚੀ ਹੈ ਕਿ ਡੈਡ ਕਰਾਰ ਕਰ ਦਿੱਤਾ ਗਿਆ? ਹਾਂਜੀ ਹਾਂ, ਡੈਡ ਕਰਾਰ ਦੇ ਰਹੇ ਜੀ।